ਸਤਿ ਸ਼੍ਰੀ ਅਕਾਲ ਬਾਈ ਜੀ, ਅੱਜ ਆਪਾਂ ਪਹੁੰਚੇ ਡੱਬ ਵਾਲੀ ਮੰਡੀ ਦੇ ਪਸ਼ੂਆਂ ਦੀ, ਤੇ ਦਿਖਾਵਾਂਗੇ ਅੱਜ ਤੁਹਾਨੂੰ ਬਾਈ ਜੀ ਲਾਈਵ ਸੌਦੇ ਵੀ ਤੇ ਚੰਗੀਆਂ ਚੰਗੀਆਂ ਗਾਵਾਂ। ਜੁੜੇ ਰਹੋ ਆਪਣੇ ਨਾਲ। ਇੱਕ ਗਾਂ ਨਾ ਬਾਈ ਨਾਲ ਆਪਾਂ ਗੱਲ ਕਰਵਾਉਣੀ, ਗਾਂ ਖੜੀ ਬਹੁਤ ਸੋਹਣੀ ਹੈਗੀ, ਕੀ ਡਿਟੇਲ ਆ ਉਹ ਬਾਈ ਆਪੇ ਆਪਾਂ ਨੂੰ ਦੱਸਣਗੇ। PBT ਵਾਲੇ ਗਿੱਲ ਚੈਨਲ ਤੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕਿਹੜਾ ਪਿੰਡ ਬਾਈ ਜੀ ਆਪਣਾ? ਪਿੰਡ ਬਾਹੂ ਸਿੰਘ ਹੈ ਜੀ। ਬਾਹੂ ਸਿੰਘ ਕਿਹੜਾ ਜ਼ਿਲ੍ਹਾ ਪੈਂਦਾ ਬਾਈ ਇੱਥੇ? ਬਠਿੰਡਾ ਜ਼ਿਲ੍ਹਾ ਪੈਂਦਾ ਜੀ। ਬਠਿੰਡਾ ਜ਼ਿਲ੍ਹਾ ਪੈਂਦਾ ਹੈਗਾ, ਠੀਕ ਹੈ ਬਾਈ ਜੀ। ਦੱਸੋ ਬਾਈ ਜੀ, ਇਹ ਗਾਂ ਬਾਰੇ ਦੱਸੋ ਆਪਾਂ ਨੂੰ, ਕਿੰਨੇ ਸੂਏ ਹੈ? ਦੂਜਾ ਸੂਆ ਛਿੱਕੀ ਹੈ ਮੂੰਹ ਦੀ ਹਜੇ। ਮੂੰਹ ਦੀ ਛਿੱਕੀ ਹੈ ਕਿ ਦੂਜਾ ਸੂਆ ਹੈਗਾ? ਠੀਕ ਹੈ ਬਾਈ ਜੀ। ਪਹਿਲੇ ਸੂਏ ਦੁੱਧ ਦਾ ਕੀ ਰਿਕਾਰਡ ਸੀਗਾ? 32 ਲੀਟਰ ਦਿੱਤਾ ਜੀ, 35-36 ਦੇ ਦੂਗੀ। ਕੱਲ ਸੁਬਾ ਸੂਈ, ਹੁਣ ਹੋਊਗਾ 24-25 ਲੀਟਰ ਤਾਂ ਜੀ। 24-25 ਲੀਟਰ ਦੁੱਧ ਹੁਣ ਹੋਊਗਾ ਬੋਲਾ। ਹਾਂ, ਕੀ ਹੈ ਬਾਈ ਜੀ ਇਹਦੇ ਪਿੱਛੇ? ਬੱਚੀ ਹੈ ਜੀ, ਫੀਮੇਲ ਕਾਲ ਬੱਚੀ। ਠੀਕ ਹੈ, ਆ ਫੀਮੇਲ ਕਾਲ ਦਿਖਾਵੇ ਜੀ ਇਹਦੇ ਪਿੱਛੇ। ਸਟ੍ਰਾਈਕਰ ਦੀ ਬੱਚੀ ਹੈ, AVS ਦੇ। ਠੀਕ ਹੈ ਬਾਈ ਜੀ। ਕਿਹੜੇ ਬੱਚੇ ਦੀ ਬਾਈ? ਸਟ੍ਰਾਈਕਰ ਦੀ, AVS ਦੇ। AVS ਦੇ ਸਟ੍ਰਾਈਕਰ ਦੀ ਬੱਚੀ। ਹਾਂ, ਦਿਖਾ ਦੇ ਬਾਈ ਮਾੜੇ ਮੜਾ ਗਾਂ ਦੇ ਉੱਤੇ ਬਾਈ, ਕੈਮਰਾ ਲਾਈ ਮੜਾ ਆ। ਪਿੱਛੋਂ ਆਰਡਰ ਦੀ ਕੁਆਲਿਟੀ ਵੀ ਚੈੱਕ ਕਰਾ ਦੀ ਬਾਈ ਲੇਵੇ ਦੀ। ਬਹੁਤ ਸ਼ਾਨਦਾਰ ਗਾਂ ਹੈ, ਦੂਜੇ ਸੂਏ ਸੂਈ ਆ। ਦੇਖੋ ਬਾਈ ਜੀ ਗਾਂ ਨੂੰ। ਬਸ ਬਾਈ ਜੀ, ਬਹੁਤ ਸੁੰਦਰ ਗਾਂ ਹੈਗੀ ਇਹ ਬਾਈ ਜੀ। HFC ਪੈਂਦੀ ਹੈ ਨਾ? ਹਾਂਜੀ ਹਾਂਜੀ, ਪਿਓਰ ਦੇ ਵਿੱਚ ਪੈ ਜਾਂਦੀ ਹੈ ਨਾ ਜੀ। ਠੀਕ ਹੈ ਬਾਈ ਜੀ। ਤੇ ਆਪਣਾ ਬਾਈ ਜੀ ਕੰਟੈਕਟ ਨੰਬਰ ਦੱਸੋ ਜੀ। 9478882523 ਜੀ। ਇੱਕ ਵਾਰੀ ਬਾਈ ਜੀ ਫੇਰ ਰਿਪੀਟ ਕਰ ਦਿਓ, 9478882523 ਜੀ। ਠੀਕ ਹੈ, ਕਿੰਨਾ ਮੁੱਲ ਕਰਦੇ ਬਾਈ ਜੀ ਇਹਦਾ ਹੁਣ? ਮੁੱਲ ਤਾਂ 95 ਕਰਦੇ ਜੀ। ਮੁੱਲ 95? ਹਾਂਜੀ। ਠੀਕ ਹੈ ਜੀ, ਤੇ ਵਿੱਚੋਂ ਮਾਨ ਤਾਨ ਤੱਕ ਕਰ ਦੂੰਗੇ ਨਾ? ਮਾਨ ਤਾਨ ਕਰ ਦਾਂਗੇ। ਠੀਕ ਹੈ ਬਾਈ ਜੀ, 95,000 ਰੁਪਇਆ ਬਾਈ ਮੁੱਲ ਕਰਦੇ, ਵਿੱਚੋਂ ਮਾਨ ਤਾਨ ਕਰ ਦੇਣਗੇ। ਜਿਹੜੇ ਬਾਈ ਨੇ ਲੈਣੀ ਹੋਵੇ ਆਪਾਂ ਨੰਬਰ ਵੀਡੀਓ ਦੇ ਵਿੱਚ ਦੇਤਾ ਤੇ ਸੰਪਰਕ ਕਰ ਲੈਣ, ਠੀਕ ਹੈ ਨਾ? ਇੱਕ ਵਾਰੀ ਆਪਣਾ ਐਡਰੈਸ ਫਿਰ ਬੋਲ। ਪਿੰਡ ਬਾਹੂ ਸਿਵੀਆਂ ਜੀ। ਬਾਹੂ ਸਿਵੀਆਂ ਪਿੰਡ ਆ, ਠੀਕ ਹੈ। ਜ਼ਿਲ੍ਹਾ ਬਠਿੰਡਾ, ਬਠਿੰਡਾ ਦੇ ਵਿੱਚ ਪੈਂਦੀ ਹੈ ਬਾਈ ਜੀ। ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਬਾਈ ਜੀ, ਗਾਂ ਤੁਸੀਂ ਦੇਖ ਲਈ ਹੈਗੀ। ਠੀਕ ਹੈ ਬਾਈ ਜੀ, ਡੱਬ ਵਾਲੀ ਮੰਡੀ, ਪਸ਼ੂ ਮੰਡੀ ਤੇ ਜੋ ਕਿ ਹਰ ਐਤਵਾਰ ਨੂੰ ਲੱਗਦੀ ਹੈਗੀ। ਬਹੁਤ ਸੁੰਦਰ ਗਾਵਾਂ ਪਹੁੰਚੀਆਂ ਹੋਈਆਂ ਨੇ। ਆ ਬਾਈ ਨਾਲ ਗੱਲ ਕਰਵਾਉਣੀ ਆ, ਪਹਿਲਾਂ ਗਾਂ ਦੇਖੋ, ਥੱਲੇ ਆਰਡਰ ਦੇਖੋ ਬਾਈ ਜੀ। ਬਾਈ ਨੂੰ ਪੁੱਛਦੇ ਕੀ ਡਿਟੇਲ ਹੈਗੀ, ਕਿੰਨਵੇਂ ਸੂਏ ਹੈਗੀ, ਸਾਰਾ ਤੁਹਾਨੂੰ ਦਿਖਾ ਗੱਲ ਕਰਵਾਵਾਂਗੇ ਬਾਈ ਦੇ ਨਾਲ, ਸਾਰੀ ਦਿਖਾ ਦੇ ਵੀਰੇ ਗਾਂ ਦੇ। ਠੀਕ ਹੈ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ। ਕਿਹੜਾ ਪਿੰਡ ਹੈ ਬਾਈ ਜੀ ਆਪਣਾ? ਪਿੰਡ ਪੂਲੀ, ਜ਼ਿਲ੍ਹਾ ਬਠਿੰਡਾ ਬਾਈ ਜੀ। ਪਿੰਡ ਪੂਲੀ, ਜ਼ਿਲ੍ਹਾ ਬਠਿੰਡਾ, ਠੀਕ ਹੈ ਬਾਈ ਜੀ। ਇਹ ਗਾਂ ਬਾਰੇ ਦੱਸੋ ਬਾਈ ਜੀ, ਕਿੰਨਵੇਂ ਸੂਈ ਹੈਗੀ? ਆ ਵੀਰੇ, ਤੀਸਰਾ ਸੂਆ ਸੂਈ ਵੀ ਹੈ ਜੀ। ਤੀਸਰਾ ਸੂਆ ਸੂਈ ਵੀ ਹੈ? ਹਾਂਜੀ। ਤੇ ਦੂਜੇ ਸੂਏ ਬਾਈ ਜੀ ਇਹਦਾ ਕੀ ਰਿਕਾਰਡ ਸੀ ਮਿਲਕ ਦਾ? ਦਿਨ ਦੁੱਧ ਕੱਢਿਆ ਵੀਰੇ 35+। 35+, ਹਾਂਜੀ। ਠੀਕ ਹੈ ਬਾਈ ਜੀ, ਹਾਂਜੀ। ਤੇ ਕੀ ਹੈ ਬਾਈ ਜੀ ਇਹਦੇ ਪਿੱਛੇ? ਮਗਰ ਬੱਸਾ ਜੀ। ਮਗਰ ਬੱਛਾ, ਠੀਕ ਹੈ ਬਾਈ ਜੀ। ਆ ਕੱਲ ਸੁਬਾ ਵਿਆਹੀ ਹੈ ਜੀ। ਕਿੰਨੀ ਬੋਲੀ ਹੈ ਬਾਈ ਜੀ ਹੁਣ ਰੈਡੀ ਹੈ ਜੀ ਥੱਲੇ ਦੁੱਧ? ਦੁੱਧ ਤਾਂ ਬਲੇ ਬਈ ਹੁਣ ਹੋਊਗਾ 25-26 ਲੀਟਰ ਤਿਆਰ ਜਮਾ। 25-26 ਲੀਟਰ ਦੁੱਧ ਜਮਾ ਤਿਆਰ ਆ ਜਾ, ਦੋ ਦਿਨ ਹੋਏ ਸੂਈ ਨੂੰ। ਤੀਜਾ ਸੂਆ ਕੀ 25 ਲੀਟਰ ਦੁੱਧ ਹੁਣ ਤਿਆਰ ਆ ਗਿਆ, ਸੂਈ ਵੀ ਆ। ਠੀਕ ਹੈ ਬਾਈ ਜੀ, ਕੀ ਮੁੱਲ ਕਰਦੇ ਆ ਇਹਦਾ? ਇਹਦਾ ਮੁੱਲ 95,000 ਆ ਬਾਈ। ਮੁੱਲ 95,000 ਕਰਦੇ ਆ ਬਾਈ, ਬਾਕੀ ਮੌਕੇ ਤੇ ਮਾਨ ਤਾਨ ਕਰਾਂਗੇ ਬਾਈ ਜੀ। ਮਾਨ ਤਾਨ ਕਰ ਦਾਂਗੇ ਮੌਕੇ ਤੇ। ਠੀਕ ਹੈ ਬਾਈ ਜੀ, ਆਪਣਾ ਨੰਬਰ ਬੋਲ ਦਿਓ ਬਾਈ ਜੀ ਵੀਡੀਓ ਦੇ ਵਿੱਚ। 70098, ਹਾਂਜੀ, 11408। ਇੱਕ ਵਾਰੀ ਬਾਈ ਜੀ ਫੇਰ ਬੋਲ ਦਿਓ, 70098 11408। ਠੀਕ ਹੈ ਬਾਈ ਜੀ, ਆਪਣੀ ਵੀਡੀਓ ਦੇ ਵਿੱਚ ਜਿਹੜਾ ਨੰਬਰ ਦਿੱਤਾ ਇਹ ਬਾਈ ਨਾਲ ਕੰਟੈਕਟ ਕਰ ਲਿਓ। ਆਪਣਾ ਨਾਮ ਕੀ ਹੈ ਬਾਈ ਜੀ? ਜੱਸਾ ਬਾਈ। ਜੱਸਾ, ਠੀਕ ਹੈ। ਪੂਲੀ ਹੈ, ਪਿੰਡ ਪੂਲੀ ਹੈ, ਜ਼ਿਲ੍ਹਾ ਬਠਿੰਡਾ, ਠੀਕ ਹੈ ਨਾ? ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ। ਮੰਡੀ ਦੇ ਉੱਤੇ ਦਿਖਾਉਣਾ ਤੁਹਾਨੂੰ ਇੱਕ ਸ਼ਾਨਦਾਰ ਗਾਂ, ਬਾਈ ਨਾਲ ਗੱਲ ਕਰਵਾਉਣਾ ਕੀ ਡਿਟੇਲ ਆ, ਕਿੰਨਵੇਂ ਸੂਏ ਆ, ਕਿੰਨਾ ਮਿਲਕ ਰਿਕਾਰਡ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਬਾਈ ਆਪਣਾ? ਪਿੰਡ ਜੰਡਲਾ ਜੀ। ਪਿੰਡ ਜੰਡਲਾ, ਕਿਹੜੇ ਜ਼ਿਲ੍ਹੇ 'ਚ ਪੈਂਦਾ ਬਾਈ ਜੀ? ਫਿਰੋਜ਼ਪੁਰ ਜ਼ਿਲ੍ਹੇ ਜੀ। ਫਿਰੋਜ਼ਪੁਰ ਜ਼ਿਲ੍ਹੇ 'ਚ, ਹਾਂਜੀ। ਬਾਈ ਇਹ ਗਾਂ ਬਾਰੇ ਦੱਸੋ, ਕਿੰਨਵਾਂ ਸੂਆ ਜੀ ਹੁਣ? ਦੂਸਰਾ ਸੂਆ ਜੀ। ਦੂਸਰਾ ਸੂਆ, ਸੋਹਣਾ ਜੀ ਇਹਨੇ ਹੁਣ? ਸੂਈ ਹੈ ਜੀ। ਸੂਈ ਵੀ ਹੈ, ਹਾਂਜੀ। ਕੀ ਹੈ ਪਿੱਛੇ ਜੀ? ਇਹ ਬੱਛਾ ਜੀ। ਬੱਛਾ, ਕਿੰਨਾ ਲੀਟਰ ਦੁੱਧ ਸੀਗਾ ਬਾਈ ਜੀ? ਇਹ 22 ਲੀਟਰ ਤਿਆਰ ਆ ਜੀ ਹੁਣ। 22 ਲੀਟਰ ਦੁੱਧ ਤਿਆਰ ਆ, ਹਾਂਜੀ। ਠੀਕ ਹੈ, ਕਿੰਨਾ ਮੁੱਲ ਕਰਦੇ ਆ ਬਾਈ ਜੀ? 60,000 ਮੁੱਲ ਕਰਦੇ ਜੀ। 60,000 ਕੇ ਮੁੱਲ ਕਰਦੇ ਹੈਗੇ। ਆਪਣਾ ਨੰਬਰ ਬੋਲ ਦਿਓ ਬਾਈ ਜੀ। 9876640048 ਜੀ। 48, ਕਿਹੜੀ ਨਸਲ ਚ ਪੈ ਜਾਂਦੀ ਬਾਈ ਜੀ? HF ਚ ਪੈਂਦੀ ਹੈ ਜੀ। HF ਵਿੱਚ ਪਿਓਰ ਚ ਬਾਈ ਜੀ। ਇੱਕ ਵਾਰੀ ਗਾਂ ਤੋਰ ਕੇ ਦਿਖਾਉਂਦੇ ਬਾਈ, ਦੇਖੋ ਗਾਂ ਦੇ ਮਾੜਾ ਜਿਹਾ ਤੋਰ ਕੇ ਦਿਖਾਓ ਜੀ। ਆਰਡਰ ਕੁਆਲਿਟੀ ਚੈੱਕ ਕਰ ਲਓ ਬਾਈ ਜੀ ਲੇਵੇ ਦੀ ਜਿਹੜੀ, ਸਾਰੀ ਵੀਡੀਓ ਲਾ ਦੇ ਬਾਈ ਜੀ ਥੱਲੇ। ਲਿਆਓ ਜੀ, ਬਹੁਤ ਸ਼ਾਨਦਾਰ ਗਾਂ ਹੈ, ਚੈੱਕ ਕਰੋ ਬਾਈ ਜੀ। ਆਪਣਾ ਨੰਬਰ ਬੋਲ ਦਿਓ ਜੀ। 9876640048 ਜੀ। ਇੱਕ ਵਾਰੀ ਫਿਰ ਬੋਲ ਦਿਓ ਜੀ। 9876640048 ਜੀ। ਇੱਕ ਵਾਰੀ ਆਪਣਾ ਐਡਰੈਸ ਵੀ ਫਿਰ ਕਨਫਰਮ ਕਰਾ ਦਿਓ ਜੀ। ਪਿੰਡ ਜੰਡਲਾ ਜੀ, ਜ਼ਿਲ੍ਹਾ ਫਿਰੋਜ਼ਪੁਰ ਜੀ। ਜ਼ਿਲ੍ਹਾ ਫਿਰੋਜ਼ਪੁਰ, ਕਿਸੇ ਬਾਈ ਨੇ ਗਾਂ ਲੈਣੀ ਹੋਵੇ ਆਪਾਂ ਨੰਬਰ ਵੀਡੀਓ ਦੇ ਵਿੱਚ ਪਾਤਾ, ਗੱਲ ਕਰ ਲੈਣ। ਓਕੇ ਬਾਈ, ਠੀਕ ਹੈ ਜੀ।
ਡੱਬ ਵਾਲੀ ਮੰਡੀ ਤੇ ਤੁਹਾਨੂੰ ਦਿਖਾਉਣੇ ਆ ਕਿ ਗਾਂ ਬਿਲਕੁਲ ਤਿਆਰ ਹੈਗੀ, ਸੂਨ ਵਾਲੀ ਹੈਗੀ। ਕੀ ਡਿਟੇਲ ਆ ਗਈ ਆਪਾਂ ਗੱਲ ਵੀ ਕਰਵਾਵਾਂਗੇ ਮਾਲਕ ਦੇ ਨਾਲ ਕੀ ਮੁੱਲ ਕਰਦੇ ਹੈਗੇ। ਮੁੜ ਲਿਆਓ ਜੀ, ਆ ਜਾਓ, ਆ ਚੰਗੀ ਤਰ੍ਹਾਂ ਪਿੱਛੋਂ ਦਿਖਾ ਦੇ ਲੇਵੇ ਦਾ, ਉੱਥੇ ਬੰਦ ਹੋਈ। ਦੇਖੋ ਬਾਈ ਜੀ, ਗਾਂ ਦੇ ਬਹੁਤ ਚੰਗੀ ਗਾਂ ਹੈ। ਪੌਜਾਂ ਕੋਲ ਕੀ ਮੁੱਲ ਕਰਦੇ ਹੈਗੇ, ਕਿੰਨਵੇਂ ਸੂਏ ਹੈਗੇ। ਇੱਧਰ ਹੀ ਆ ਜਾਓ ਅੰਕਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਅੰਕਲ ਜੀ ਆਪਣਾ? ਪਿੰਡ ਕੋਟ ਭਾਈ ਜੀ, ਕੋਠੇ ਦਸ਼ਮੇਸ਼ ਨਗਰ। ਠੀਕ ਹੈ ਜੀ, ਗਿੱਦੜਵਾ ਚ? ਹਾਂ, ਗਿੱਦੜਵਾ ਸ਼ਹਿਰ। ਠੀਕ ਹੈ ਜੀ, ਇਹਦੇ ਬਾਰੇ ਦੱਸੋ ਜੀ, ਇਹ ਕਿੰਨਵੇਂ ਸੂਏ ਹੈਗੇ? ਇਹ ਦੂਜਾ ਸੂਆ ਜੀ। ਦੂਜੇ ਸੂਏ ਸੋਹਣਾ ਜੀ? ਹਾਂਜੀ। ਪਹਿਲੇ ਸੂਏ ਕਿੰਨਾ ਸੀਗਾ ਜੀ ਇਹਦਾ ਦੁੱਧ ਦਾ ਰਿਕਾਰਡ? ਮੰਨ ਲਓ ਇਹਦਾ 20-22 ਕਿਲੋ ਰਿਕਾਰਡ ਸੀ। 20-22 ਕਿਲੋ? ਠੀਕ ਹੈ ਜੀ। ਹੁਣ ਇਹਦੇ ਕਿੰਨੇ ਦਿਨ ਬਾਕੀ ਹੈ ਜੀ ਗਾਂ ਦੇ? ਹਜੇ 6-7 ਦਿਨ ਬਾਕੀ। 6-7 ਦਿਨ ਬਾਕੀ ਹੈ ਗਾਂ ਦੇ। ਠੀਕ ਹੈ ਜੀ, ਦੂਜੇ ਸੂਏ ਸੋਹਣਾ। ਹਾਂਜੀ, ਕਿੰਨਾ ਮੁੱਲ ਕਰਦੇ ਅੰਕਲ ਜੀ ਇਹਦਾ? ਇਹਦਾ 85,000 ਰੁਪਈਆ। 85,000 ਰੁਪਈਆ? ਇਹ ਕਿੰਨਾ ਕੁ ਟਾਈਮ ਰਹਿ ਗਿਆ ਸੂਨ ਦੇ ਵਿੱਚ? 5-6 ਦਿਨ ਲਊਗੀ। 5-6 ਦਿਨ ਲਊਗੀ, 85,000 ਰੁਪਏ ਮੁੱਲ ਕਰਦੇ। ਠੀਕ ਹੈ ਜੀ ਅੰਕਲ ਜੀ, ਆਪਣਾ ਨੰਬਰ ਵੀਡੀਓ ਦੇ ਵਿੱਚ ਬੋਲ ਦਿਓ। 94-32-72-7। ਇੱਕ ਵਾਰੀ ਫੇਰ ਬੋਲ ਦਿਓ, 94-32-72-7। 72-7। ਜਿਹੜੇ ਵੀ ਬਾਈਆਂ ਨੇ ਲੈਣੀ ਹੋਵੇ ਇਸ ਨੰਬਰ ਤੇ ਕੰਟੈਕਟ ਕਰ ਲਏ, ਅੰਕਲ ਆਪੇ ਆਪਣੇ ਤੁਹਾਡੇ ਨਾਲ ਗੱਲ ਕਰ ਲੈਣੀ। ਹੈ ਨਾ ਜੀ? ਠੀਕ ਹੈ ਜੀ, ਇਹ ਦਿਖਾ ਦੇ ਬਾਈ ਜੀ। ਡੱਬ ਵਾਲੀ ਮੰਡੀ ਦੇ ਉੱਤੇ ਪਹਿਲਾਂ ਤੁਹਾਨੂੰ ਗਾਵਾਂ ਦਿਖਾਈ, ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਮੱਝ। ਝੋਟੀ ਲਾ ਲਓ, ਪਹਿਲੇ ਸੂਏ ਸੂਈ ਹੈਗੀ, ਮਗਰ ਗਵੀ ਗੱਲ ਕਰਵਾਵਾਂਗੇ ਕੀ ਇਹ ਬੱਚਾ ਕੀ ਹੈਗਾ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਅੰਕਲ ਜੀ ਆਪਣਾ? ਦੇਸੂ ਮਲਕਾਣਾ ਜੀ। ਦੇਸੂ ਮਲਕਾਣਾ, ਇਹ ਕਿਹੜੇ ਜ਼ਿਲ੍ਹੇ 'ਚ? ਸਰਸਾ ਜ਼ਿਲ੍ਹੇ। ਸਰਸਾ ਜ਼ਿਲ੍ਹੇ 'ਚ ਪੈਂਦਾ ਹੈਗਾ। ਦੱਸੋ ਅੰਕਲ ਜੀ, ਝੋਟੀ ਬਾਰੇ ਕਿੰਨਾ ਲੀਟਰ ਦੁੱਧ ਹੈ ਜੀ ਇਸ ਵਕਤ ਇਹਦੇ ਥੱਲੇ? ਇਹਦੇ ਥੱਲੇ ਜੀ ਹੁਣ 11 ਲੀਟਰ ਦੁੱਧ ਹੈ। 4 ਦਿਨ ਹੋ ਗਏ ਵਿਆਹੀ ਨੂੰ। 4 ਦਿਨ ਵਿਆਹੀ ਨੂੰ ਹੋ ਗਏ, ਪਹਿਲੇ ਸੂਏ ਸੂਈ ਹੈ ਜੀ? ਪਹਿਲੇ ਸੂਏ ਸੂਈ ਹੈ। ਇਹ ਬੱਚਾ ਕੀ ਅੰਕਲ ਜੀ ਇਹਦੇ ਪਿੱਛੇ? ਇਹਦੇ ਪਿੱਛੇ ਕੱਟਾ ਜੀ। ਪਿੱਛੇ ਕੱਟਾ ਹੈਗਾ? ਹਾਂਜੀ। ਠੀਕ ਹੈ ਜੀ, ਦਿਖਾਈ ਬਾਈ। ਕਿਹੜੀ ਨਸਲ 'ਚ ਪੈ ਜਾਂਦੀ ਅੰਕਲ ਇਹ? ਨੀਲੀ ਰਾਵੀ। ਨੀਲੀ ਰਾਵੀ, ਕੀ ਪਹਿਚਾਣ ਅੰਕਲ ਇਹ ਨੀਲੀ ਰਾਵੀ ਦੀ? ਆਪਾਂ ਨੂੰ ਪਤਾ ਲੱਗਿਆ ਚਾਰੇ ਪੈਰ ਚਿੱਟੇ ਆ ਜੀ। ਠੀਕ ਹੈ, ਮੱਥੇ 'ਚ ਫੂਲ ਹੈ। ਠੀਕ ਹੈ, ਪੂਛ ਚਿੱਟੀ ਹੈ। ਪੂਛ ਚਿੱਟੀ ਹੈਗੀ, ਤੇ ਬੱਚਾ ਵੀ ਉਸੇ ਤਰ੍ਹਾਂ ਹੀ ਹੈ? ਬੱਚਾ ਵੀ ਉਸੇ ਤਰ੍ਹਾਂ ਹੀ। ਕਿੰਨਾ ਮੁੱਲ ਕਰਦੇ ਅੰਕਲ ਜੀ ਇਹਦਾ? ਇਹਦਾ ਮੁੱਲ ਕਰਦੇ ਆ ਜੀ 85,000। 85,000, ਬਾਕੀ ਵਿੱਚੋਂ ਮਾਂ ਤਣ ਕਰੋਗੇ? ਹਾਂਜੀ। ਠੀਕ ਹੈ ਜੀ, ਤੇ ਆਪਣਾ ਨੰਬਰ ਬੋਲ ਦਿਓ ਅੰਕਲ ਜੀ ਵੀਡੀਓ ਦੇ ਵਿੱਚ। 90503-69-824। ਇੱਕ ਵਾਰੀ ਅੰਕਲ ਜੀ ਫਿਰ ਬੋਲ ਦਿਓ ਨੰਬਰ ਆਪਣਾ। 90503-69-824। ਠੀਕ ਹੈ, ਆਪਣਾ ਇੱਕ ਵਾਰੀ ਐਡਰੈਸ ਫੇਰ ਦਿਓ। ਦੇਸੂ ਮਲਕਾਣਾ ਜੀ, ਸਰਸਾ ਜ਼ਿਲ੍ਹਾ। ਜਿਹੜੇ ਬਾਈ ਨੇ ਵੀ ਲੈਣੀ ਹੋਵੇ ਪਹਿਲਾਂ ਝੋਟੀ ਹੈਗੀ, ਮੁੱਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗ ਗਿਆ, ਨੰਬਰ ਵੀ ਦੇ ਦਾ, ਤਾਂ ਬਾਈ ਨੂੰ ਸੰਪਰਕ ਕਰ ਲਿਓ ਅੰਕਲ ਦੇ ਨਾਲ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ।